ਸਰ ਅੱਜ ਬੀਕਾ ਦੇ ਵਿਚਾਰ ਭੰਡਾਰ ਤੇ ਆਏ ਹੋ, ਕੀ ਕਹਿਣਾ ਜੀ ਹੈ ਮਾਮਲਾ? ਕੀ ਮਾਮਲਾ? ਇੱਦਾਂ ਜੀ, ਅਸੀਂ ਫੀਲਡ 'ਚ ਸੀ, ਸਾਨੂੰ ਕੰਪਲੇਂਟ ਰਿਗਾਰਡਿੰਗ ਉਹ ਆਇਆ ਸੀ ਵੀ ਇੱਥੇ ਸਰਵਸੇ ਵਗੈਰਾ ਲਏ ਸੀਗੇ ਅਤੇ ਉਹਨਾਂ ਦੇ ਵਿੱਚ ਕੋਈ ਮੱਛਰ ਜਾਂ ਮੱਖੀ ਦੀ ਟਾਈਪ ਕੋਈ ਮਰਿਆ ਦਾ ਕੁਛ ਮੌਜੂਦ ਪਾਇਆ ਗਿਆ ਅਤੇ ਉਹਦੇ ਰਿਗਾਰਡਿੰਗ ਕੰਪਲੇਂਟ ਹੋਈ ਸੀਗੀ ਅਤੇ ਅਸੀਂ ਉਦੋਂ ਬਾਅਦ ਕੰਪਲੇਂਟ ਮਿਲਣ ਦੇ ਸਾਰੇ ਅਸੀਂ ਮੌਕੇ 'ਤੇ ਇੰਸਪੈਕਸ਼ਨ ਕਰਨਾ। ਨਹੀਂ, ਇੰਸਪੈਕਸ਼ਨ 'ਚ ਠੀਕ ਹੈ ਪ੍ਰੈਮਿਸਿਸ, ਬਟ ਇਹਨਾਂ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈਗੀ ਹੈ। ਜਿੱਦਾਂ ਤੁਸੀਂ ਕਹਿ ਰਿਹਾ ਵੀ ਜਿਹੜੇ ਵਰਕਰਸ ਵਗੈਰਾ ਨੇ ਉਹਨਾਂ ਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈਗੀ ਹੈ। ਬੇਸਿਕ ਜਿਹੜਾ ਹੈੱਡ ਗੀਅਰ ਵਗੈਰਾ, ਐਪਰਨ ਵਗੈਰਾ, ਉਹਨਾਂ ਨੂੰ ਜਿਹੜੇ ਹੈਗੇ ਉਹ ਮਸਟ ਕਰ ਦੇਣੇ ਚਾਹੀਦੇ ਹੈ। ਹੁਣ ਇਹਨਾਂ ਨੂੰ ਉਹਨਾਂ ਨੇ ਖੁਦ ਕਰਨਾ ਹੀ ਚਾਹੀਦਾ ਇਹਨਾਂ ਨੂੰ। ਅਤੇ ਇੱਦਾਂ ਜਿਹੜੀ ਬਾਹਰ ਤੋਂ ਡਸਟਬਿਨ ਵਗੈਰਾ ਨੇ ਉਹਨਾਂ ਨੂੰ ਕਵਰਡ ਵਗੈਰਾ ਪੂਰਾ ਜਿਹੜਾ ਇਹਨਾਂ ਡਰੇਨੇਜ ਵਗੈਰਾ ਉਹਨੂੰ ਇੰਪਰੂਵ ਕਰਨਾ ਪਵੇਗਾ। ਉਹ ਮੇਰੇ ਜੁਰਿਸਡਿਕਸ਼ਨ ਦੇ ਵਿੱਚ ਨਹੀਂ ਹੁੰਦਾ ਪਲਾਸਟਿਕ ਦਾ, ਮੈਂ ਮੇਰੇ ਨਾਲ ਸੰਬੰਧਿਤ ਉਸ ਬਾਰੇ ਕੋਈ ਗਾਈਡਲਾਈਨਸ ਨਹੀਂ ਹੈ। ਉਹ ਮੈਨੂੰ ਨਹੀਂ ਪਤਾ ਕਿਸ ਡਿਪਾਰਟਮੈਂਟ ਨਾਲ ਸੰਬੰਧਿਤ ਹੈ, ਬਟ ਮੇਰੇ ਉਹ ਜੁਰਿਸਡਿਕਸ਼ਨ ਦੇ ਅਧੀਨ। ਤੁਸੀਂ ਫਿਲਹਾਲ ਸੈਂਪਲ ਭਰੋਗੇ ਤਾਂ ਜਿਹੜੀ ਸੈਂਪਲਿੰਗ ਕੀਤੀ ਹੈਗੀ ਅਤੇ ਇਹਨਾਂ ਦੀ ਇੰਸਪੈਕਸ਼ਨ ਦੇ ਵਿੱਚ ਅਨਹਾਈਜੀਨਿਕ ਕੰਡੀਸ਼ਨ ਪਾਈਆਂ ਗਈਆਂ ਅਤੇ ਉਹਦੇ ਬਿਹਾਫ 'ਤੇ ਆਪਾਂ ਚਲਾਨ ਕਰਦੇ ਪਏ। ਅਤੇ ਉਸ ਤੋਂ ਇਲਾਵਾ ਕੋਈ ਇਹਨਾਂ ਨੂੰ ਜਿਹੜੀ ਲਾਇਸੈਂਸ ਵਗੈਰਾ ਨੂੰ ਕਾਪੀਆਂ ਪੂਰੀਆਂ ਲਾਇਸੈਂਸ ਦੀਆਂ ਪੂਰੀਆਂ ਇਹਨਾਂ ਦੇ ਕੋਲ ਅਪ ਟੂ ਡੇਟ ਆਈ ਡਿਸਪਲੇ 'ਤੇ ਲੱਗਿਆ ਹੋਇਆ ਸੀਗਾ ਅਤੇ ਉਹ ਬੇਸਿਕ ਕੰਡੀਸ਼ਨ ਇਹਨਾਂ ਨੇ ਸਰਟੀਫਾਈ ਸੀਗੀ ਅਤੇ ਬਾਕੀ ਜਿਹੜੀ ਇੰਪਰੂਵਮੈਂਟ ਹੈ ਉਹਨਾਂ ਨੂੰ ਆਪਾਂ ਅਨਹਾਈਜੀਨਿਕ ਚਲਾਨ ਦੇ ਥਰੂ ਵੀ ਦੱਸ ਦਾਂਗੇ। ਇੱਕ ਇੰਪਰੂਵਮੈਂਟ ਨੋਟਿਸ ਵੀ ਦੇ ਕੇ ਜਾਵਾਂਗੇ, ਜਿਹੜੀ ਇੰਪਰੂਵਮੈਂਟ ਨੋਟਿਸ ਇਹਨਾਂ ਨੂੰ ਆਨਲਾਈਨ ਇਸ਼ੂ ਕਰ ਦਿੱਤਾ ਜਾਏਗਾ, ਉਹਨਾਂ ਦੇ ਪੋਰਟਲ 'ਚ ਆ ਜਾਏਗਾ ਉਹ ਇੰਪਰੂਵਮੈਂਟਸ ਆਪਣੀਆਂ। ਇਹਨਾਂ ਨੂੰ ਕੋਈ 14 ਦਿਨ ਦਾ ਸਮਾਂ ਦੇ ਕੇ ਆਪਾਂ ਇੰਪਰੂਵਮੈਂਟ ਇਹਨਾਂ ਨੂੰ ਕਹਿ ਦਾਂਗੇ ਵੀ ਇੰਪਰੂਵਮੈਂਟਸ ਆਪਣੀਆਂ ਕੀਤੀਆਂ। 14 ਦਿਨ ਤੋਂ ਬਾਅਦ ਜੇ ਨਹੀਂ ਕੀਤੀਆਂ ਜਾਂਦੀਆਂ ਫਿਰ ਉਹ ਅਨਹਾਈਜੀਨਿਕ ਚਲਾਨ ਵਿੱਚ ਮੈਂਸ਼ਨ ਕਰ ਦਿੱਤਾ, ਉਹ ਐਕਸਟਰਾ ਚਲਾਨ ਇਹਨਾਂ ਦਾ ਹੋਏਗਾ। ਚਲਾਨ ਸੇਮ ਹੀ ਰਹੇਗਾ, ਆਪਾਂ ਕੰਡੀਸ਼ਨ ਆਪਾਂ ਜਦੋਂ ਕੇਸ ਫਾਈਲ ਕਰਾਂਗੇ ਉਹਦੇ ਵਿੱਚ ਆਪਾਂ ਦੱਸ ਦਾਂਗੇ ਵੀ ਇੰਪਰੂਵਮੈਂਟ ਨੋਟਿਸ ਵੀ ਦਿੱਤਾ ਗਿਆ ਸੀਗਾ ਜਿਹਦੇ ਰਿਗਾਰਡਿੰਗ ਇਹਨਾਂ ਨੇ ਇੰਪਰੂਵਮੈਂਟ ਨਹੀਂ ਕੀਤੀ ਜਾਂ ਕੀਤੀ, ਉਸ ਦੁਆਰਾ ਚੈਕਿੰਗ ਹੋਏਗੀ। ਹਾਂਜੀ, ਉਹ ਇੰਸਪੈਕਸ਼ਨ ਆਪਾਂ ਕਰ ਲਾਂਗੇ, ਬਸ ਜੇ ਇੰਪਰੂਵਮੈਂਟ ਹੋਈ ਤਾਂ ਆਪਾਂ ਉਦਾਂ ਮੈਂਸ਼ਨ ਕਰ ਦਾਂਗੇ, ਨਹੀਂ ਹੋਈ ਤਾਂ ਆਪਾਂ ਉਦਾਂ ਉਹ 'ਚ ਦੱਸ ਦਾਂਗੇ ਅਤੇ ਉਹ ADC ਕੋਰਟ ਦੇ ਵਿੱਚ ਜਿੱਦਾਂ ਵੀ ਉਹ ਡਿਸਾਈਡ ਕਰਨਗੇ, ਉਸ ਬੇਸਿਸ 'ਤੇ ਡਿਸਾਈਡ ਕਰ ਰਹੇ ਹਾਂ।